ਗੋਲੀ ਨਾਲ ਕਹਿੰਦੇ ਵੀ ਕੈਨੇਡਾ ਦੀਆਂ ਗਰਾਊਂਡਾਂ 'ਚ ਤਹਿਲਕਾ ਮਚਾਇਆ ਜੋੜੀ ਪ੍ਰਸਿੱਧ ਰਹੀ ਤੇ ਤਾਰੀ ਖੀਰਾਵਾਲ ਨੇ ਕਹਿੰਦੇ ਵੀ 10 ਮੁਲਕਾਂ ਦੀ ਕਬੱਡੀ ਖੇਡੀ 2014 ਦਾ ਖੇਡ ਸੀਜ਼ਨ ਯਾਰਪ ਦੇ ਵਿੱਚ ਖੇਡ ਕੇ ਆਇਆ ਨੌਜਵਾਨਾਂ ਹੈ ਤੇ ਨਾਲ ਹੀ ਕਹਿੰਦੇ ਵੀ ਸ਼ੁਰਲੀ ਵੀ ਖੇਡਿਆ ਤੇ ਇਸ ਸਾਲ ਗਿੰਦੇ ਨੇ ਤਗੜੇ ਦੇ ਫੇਰ ਭਰੇ ਆ ਕਹਿੰਦੇ ਵੀ ਕੈਨੇਡਾ ਦੇ ਵਿੱਚ ਬੱਗੇ ਪਿੰਡ ਦੇ ਮੰਗੀ ਦਾ ਇਹ ਭਤੀਜਾ ਨੌਜਵਾਨਾਂ ਹੈ ਜਿਹੜਾ ਨੌਜਵਾਨਾਂ ਲਾਲ ਨਿੱਕਰ ਦੇ ਵਿੱਚ ਹੈ ਬੱਗੇ ਪਿੰਡ ਦੇ ਮੰਗੀ ਦਾ ਇਹ ਭਤੀਜਾ ਇਹ ਹੈ ਗਿੰਦਾ ਬੱਗਿਆਂ ਵਾਲਾ ਤੇ ਪਿਛਲੇ ਸਾਲ ਦਾ ਸਾਰੇ ਤੋਂ ਮਜਾਫੀ ਰਹੀਮਪੁਰ ਦੇ ਖੇਡ ਮੇਲੇ ਦਾ ਅੱਜ ਕੌਣ ਉੱਤਮ ਹੋਵੇਗਾ ਕੌਣ ਬੈਸਟ ਹੋਵੇਗਾ ਖੇਡ ਦੇ ਮੈਦਾਨ 'ਚ ਪਤਾ ਲੱਗਣਾ ਹੈ ਲਾ ਪਹਿਲੀ ਕਬੱਡੀ ਖੇਡ ਦੇ ਮੈਦਾਨ ਚਿੱਟੀ ਵਾਲੇ ਦੀ ਲਾ ਜਿੱਥੇ 13, 14, 15 ਤਰੀਕਾਂ ਚਿੱਟੀ ਦੇ ਖੇਡ ਮੇਲੇ ਦੀਆਂ ਨੇ ਚਾਰ ਜਾਫੀ ਨੇ ਬਿਲਕੁਲ ਤਿਆਰ ਬਰ ਤਿਆਰ ਕੌਣ ਲਾਊ ਜਫਾ ਆ ਤਾਰੀ ਖੀਰਾਵਾਲ ਦਾ ਕਰਦਾ ਹੈ ਟਰਾਈ ਪਰ ਨੰਬਰ 22 ਦੇ ਵਾਸਤੇ ਅਮਰਤ ਖੀਰਾਵਾਲ ਖੇਡ ਦੇ ਮੈਦਾਨ 'ਚ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਮਹਿਮਦਵਾਲ ਤੇ ਖੇੜਾ ਦੋਨਾਂ ਇਹ ਅਗਲੇ ਮੈਚ ਦੀ ਟੀਮਾਂ ਨੇ ਮਹਿਮਦਵਾਲ ਤੇ ਖੇੜਾ ਦੋਨਾਂ ਬਿਲਕੁਲ ਤਿਆਰੀ ਕਰਨ ਮਹਿਮਦਵਾਲ ਤੇ ਖੇੜਾ ਦੋਨਾਂ ਇੱਧਰ ਚਿੱਟੀ ਦੀ ਟੀਮ ਕਹਿੰਦੇ ਵੀ ਚੜ੍ਹਦੀ ਵਰੇਸ ਦੇ ਨੌਜਵਾਨ ਹੈ ਆਉਣ ਵਾਲੇ ਸਮੇਂ ਦੇ ਸੁਪਰ ਖਿਡਾਰੀ ਬਣ ਗਏ ਇੱਕ ਨਹੀਂ ਤੇ ਗੁਰਵਿੰਦਰ ਸਿੰਘ ਸਿੱਖ ਸਰਦਾਰ ਹੈ ਲਾ ਆ ਗੁਰਵਿੰਦਰ ਸਿੰਘ ਨੌਜਵਾਨ ਚਿੱਟੀ ਦੀ ਟੀਮ ਦਾ ਸੁਪਰ ਖਿਡਾਰੀ ਮਾਰ ਦੋ ਤਾੜੀ ਮੁੰਡੇ ਦੇ ਵਾਸਤੇ ਜ਼ੋਰਦਾਰ ਲਾ ਸਿੱਖ ਸਰਦਾਰ ਨੌਜਵਾਨ ਨੇ ਕਰਾ ਦਿੱਤੀ ਬੱਲੇ ਬੱਲੇ ਕਿ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ 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 ਕਰਾਉਂਦਾ ਹੈ ਨੌਜਵਾਨ ਗੁਰਵਿੰਦਰ ਸਿੰਘ ਚਿੱਟੀ ਪਿੰਡ ਵਾਲਾ ਚਿੱਟੀ ਵਾਲੇ ਸ਼ਾਮੇ ਦੀ ਕਬੱਡੀ ਦਾ ਵਾਰਸ ਆਪਾਂ ਆਖਾਂਗੇ ਖੇਡ ਦੇ ਮੈਦਾਨ 'ਚ ਲਾ ਤਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਵਾਸਤੇ ਜੁੜ ਗਿਆ ਕਹਿੰਦੇ ਵੀ ਬਿੰਦੂ ਵਰਗੇ ਦੀਪੇ ਵਰਗੇ ਤੇ ਇੰਦਰਪਾਲ ਬਜਮਾ ਨੇ ਆਪਣੇ ਸਮੇਂ ਤਕੜੀ ਕਬੱਡੀ ਖੇਡੀ ਹੈ ਇਹ ਆ ਸ਼ਿੰਦਾ ਨੌਜਵਾਨ ਲਾ ਖੇਡ ਦੇ ਮੈਦਾਨ ਦੇ ਬਜਵਾ ਕਲਾਂ ਦੀ ਧਰਤੀ ਦਾ ਸ਼ਾਹਗੜ ਏਰੀਏ ਦਾ ਖਿਡਾਰੀ ਚਿੱਟੀ ਦੀ ਖੇਡ ਕਲੱਬ ਦੇ ਵੱਲੋਂ ਪਾਉਂਦਾ ਹੈ ਕਬੱਡੀ ਕਦੇ ਸੁੱਖੇ ਵਰਗੇ ਇੰਦਰਪਾਲ ਵਰਗਿਆਂ ਦੀ ਗੱਲ ਹੋਈ ਤੇ ਖੇਡ ਦੇ ਮੈਦਾਨ 'ਚ ਤਾਰੀ ਖੀਰਾਵਾਲ ਸੰਦੀਪ ਲੱਦਰ ਦੀ ਕਹਿੰਦੇ ਵੀ ਪਹਿਲੀ ਕਬੱਡੀ ਤੇ ਸੁਰਖਪੁਰ ਦੇ ਕਬੱਡੀ ਕੱਪ 'ਚ ਤਾਰੀ ਖੀਰਾਵਾਲ ਨੇ ਜਫਾ ਲਾਇਆ ਤੇ ਲੋਕਾਂ ਨੇ ਵੱਡਾ ਮਾਣ ਕੀਤਾ ਹੈ ਜਦੋਂ ਪਹਿਲੀ ਕਬੱਡੀ ਸੰਦੀਪ ਲੱਦਰ ਨੇ ਪਾਈ ਤੇ ਪਹਿਲਾ ਜਫਾ ਖੀਰਾਵਾਲ ਦੇ ਤਾਰੀ ਨੇ ਭਰਿਆ ਔਰ ਲੋਕਾਂ ਨੇ ਵੱਡਾ ਮਾਣ ਕੀਤਾ ਸਾਹਮਣੇ ਕਬੱਡੀ ਕਾਣ ਪਾ ਰਿਹਾ ਕਹਿੰਦੇ ਵੀ ਥੋੜੇ ਸਮੇਂ 'ਚ ਵੱਡੀ ਉਪਲਬਧੀ ਹਾਸਲ ਕਰਨ ਵਾਲਾ ਇਹ ਨੌਜਵਾਨ ਹੈ ਜਿਸ ਨਾਲ ਉਹਨਾਂ ਨੇ ਕੈਨੇਡਾ ਦੀਆਂ ਗਰਾਂਡਾਂ 'ਚ ਤਹਿਲਕਾ ਮਚਾ ਦਿੱਤਾ ਹੈ ਇੱਕ ਪਾਸੇ ਕਹਿੰਦੇ ਵੀ ਮੁੱਠੀ ਭਰ ਸਰੀਰ ਹੈ ਪਰ ਗੱਗੀ ਖੀਰਾਵਾਲ ਦਾ ਦੋ ਵਿਸ਼ਵ ਕਬੱਡੀ ਕੱਪਾਂ ਦਾ ਸਰਵਉੱਤਮ ਧਾਵੀ 2014 ਦੇ ਰਾਏਕੋਟ ਦੇ ਕਬੱਡੀ ਕੱਪ ਦਾ ਇਹ ਸਰਵਉੱਤਮ ਧਾਵੀ ਹੈ ਤੇ ਟਰੈਕਟਰ ਦਾ ਜੇਤੂ ਇਹਨਾਂ ਨੇ 3 ਟਰੈਕਟਰ ਜਿੱਤੇ ਹੈ ਜਿਵੇਂ ਸਾਡੇ ਰਾਜਨ ਕਲਿਆਣ ਜੀ ਨੇ ਦੱਸਿਆ ਖੇਡ ਦੇ ਮੈਦਾਨ 'ਚ ਬੱਗੇ ਪਿੰਡ ਦੇ ਮੰਗੀ ਦਾ ਭਤੀਜਾ 2015 ਰਹੀਮਪੁਰ ਦਾ ਕਬੱਡੀ ਕੱਪ 26ਵਾਂ ਸਲਾਨਾ ਮੇਲਾ ਤੇ ਇਹ ਨੌਜਵਾਨ ਉੱਤਮ ਜਾਫੀ ਸੀ ਮੋਟਰਸਾਈਕਲ ਆ ਜੇਤੂ ਇਸ ਨੌਜਵਾਨ ਕਹਿੰਦੇ ਵੀ ਮਹਿਤਪੁਰ ਦੇ ਲਾਗੇ ਉਧੋ ਵਾਲੇ ਪਿੰਡ ਹੈ ਜਿੱਥੋਂ ਦਾ ਆਹ ਨੌਜਵਾਨ ਕਬੱਡੀ ਪਾ ਰਿਹਾ ਹੈ ਮੁਹੰਮਦ ਹੁਸੈਨ ਸਾਡਾ ਵੀਰ ਪ੍ਰਦੇਸ਼ਾਂ ਦੇ ਜਾ ਵਸਿਆ ਹੈ ਮੁਹੰਮਦ ਹੁਸੈਨ ਦਾ ਵੀਰ ਇਹ ਮੋਨੂੰ ਉਧੋ ਵਾਲੀ ਆ ਪਰ ਡਬਲ ਟੱਚ ਹੋ ਗਿਆ ਨੰਬਰ ਹੁਣ 22 ਦੇ ਵਾਸਤੇ ਅਗਲੀ ਕਬੱਡੀ ਸੋਨੂ ਦੀ ਚਿੱਟੀ ਦੀ ਟੀਮ ਦੇ ਲੋਕ ਕਬੱਡੀ ਪਾਉਣ ਦੇ ਵਾਸਤੇ ਵਧ ਗਿਆ ਨੌਜਵਾਨ ਖੈੜਾ ਦੋਨਾਂ ਤੇ ਮਹਿਮਦਵਾਲ ਇਹ ਟੀਮਾਂ ਪੁੱਜ ਗਈਆਂ ਵੀ ਖੈੜਾ ਦੋਨਾਂ ਮਹਿਮਦਵਾਲ ਕੰਗ ਸਾਹਿਬ ਰਾਏ ਤੇ ਮੈਰੀਪੁਰ ਕੰਗ ਸਾਹਿਬ ਰਾਏ ਤੇ ਮੈਰੀਪੁਰ ਦੀਆਂ ਟੀਮਾਂ ਬਿਲਕੁਲ ਤਿਆਰ ਹੋ ਕੇ ਆ ਜਾਣ ਕੰਗ ਸਾਹਿਬ ਰਾਏ ਤੇ ਮੈਰੀਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਵਾਸਤੇ ਬਿਲਕੁਲ ਤਿਆਰ ਹੋ ਕੇ ਖੇਡ ਦੇ ਮੈਦਾਨ 'ਚ ਪੁੱਜਣ ਇੱਧਰ ਪਿਆਰਾ ਸਿੰਘ ਜੀ ਸਰਬੰਸ ਸਾਹਿਬ ਕੋਹਾਲੇ ਤੋਂ ਆਪਣੇ ਸਾਥੀਆਂ ਨੇ ਪੁੱਜੇ ਉਹਨਾਂ ਦਾ ਵੀ ਧੰਨਵਾਦ ਚਰਨਜੀਤ ਸਿੰਘ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਬਾ ਸੁਦਾਣਾ ਸਿੰਘ ਜੀ ਸਪੋਰਟਸ ਕਲੱਬ ਦੇ ਵੱਡੇ ਉਪਰਾਲੇ ਦੇ ਨਾਲ ਬਾਬਾ ਯੋਗਾ ਸਿੰਘ ਦੀ ਯਾਦ 'ਚ ਕੋਹਾਲੇ ਦੇ ਵਿੱਚ ਵੱਡਾ ਖੇਡ ਮੇਲਾ ਹੋਇਆ ਹੈ ਆਉਂਦੇ ਸਾਲ ਜਿੱਥੇ ਬਸ 27 ਜਾਫੀ ਨੂੰ ਮੋਟਰਸਾਈਕਲ ਬਾਬਾ ਯੋਗਾ ਸਿੰਘ ਦੀ ਯਾਦ ਦਿੱਤੇ ਜਾਣਗੇ ਔਰ 6 ਮੋਟਰਸਾਈਕਲ ਮਿਲ ਗਏ ਸਰਦਾਰ ਅਮਰੀਤ ਸਿੰਘ ਜੀ ਕੋਹਾਲੇ ਵਾਲਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਸਮੁੱਚੇ ਸਾਥੀਆਂ ਨੂੰ ਪੁੱਜੇ ਨੇ ਹਰਵਿੰਦਰ ਰਾਜਾ ਸਾਡਾ ਵੀਰ ਵੀ ਪੁੱਜਿਆ ਪ੍ਰਧਾਨ ਹੈ ਖੇਡ ਕਲੱਬ ਦਾ ਪਰ ਸਿੱਪੀ ਖੀਰਾਵਾਲ ਦਾ ਕਹਿੰਦੇ ਵੀ ਸ਼ਿੰਦੇ ਨੂੰ ਜਫਾ ਲਾਓ ਤੇ ਕਮਾਲ ਹੋਣੀ ਹੈ ਲਾ ਵੱਡੇ ਤਜਰਬੇ ਦੇ ਨਾਲ ਖੇਡ ਦੇ ਮੈਦਾਨ 'ਚ ਲਾਉਂਦਾ ਹੈ ਤਗੜਾ ਜਫਾ ਤੇ ਅਗਲੀ ਕਬੱਡੀ ਖੀਰਾਵਾਲ ਦੇ ਕਹਿੰਦੇ ਵੀ ਪੀਟਰ ਨੇ ਪਾਉਣੀ ਹੈ ਪੀਟਰ ਖੀਰਾਵਾਲੀ ਆ ਲਾ ਪੁੱਟੇ ਹਲਕੇ ਹਲਕੇ ਕਦਮ ਨੌਜਵਾਨ ਨੇ ਬੋਲ ਦਿੱਤਾ ਧਾਵਾ ਕਿ ਬਦਲਦੇ ਸਮੇਂ ਦੇ ਨਾਲ ਲੋਕੋ ਸਾਡੀ ਖੇਡ ਕਬੱਡੀ ਨੇ ਕੀਤੀਆਂ ਤਰੱਕੀਆਂ ਜੀ ਆ ਕਹਿੰਦੇ ਵੀ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਹੈ ਪੁਲਿਸ ਦੇ ਕਾਬੂ ਆਇਆ ਬੰਦਾ ਘੱਟ ਹੀ ਕਹਿੰਦੇ ਵੀ ਛੁੱਟਦਾ ਹੈ ਲਾ ਇਹ ਵੀ ਪੰਜਾਬ ਪੁਲਿਸ ਵਾਲਾ ਜਫਾ ਲਾ ਰਿਹਾ ਹੈ ਉਧਰ ਪੰਜਾਬ ਪੁਲਿਸ ਵਾਲੇ ਸਾਡੇ ਵੀਰ ਵੀ ਪੁੱਜੇ ਹੋਏ ਆ ਪਰ ਹੱਥਾਂ ਨੂੰ ਨਿਕਲ ਗਿਆ ਵਾਹ ਕਿਸਮਤ ਦਾ ਬਲੀਆ ਤਾੜੀ ਮਾਰਦੇ ਮੁੰਡੇ ਦੇ ਵਾਸਤੇ ਇਹ ਤੇ ਪੁਲਿਸੀ ਕੋਲੋਂ ਵੀ ਭੱਜ ਗਿਆ ਨੌਜਵਾਨ ਹੈ ਲਾ ਇਸ ਮੇਲਾ ਤਗੜੇ ਜਫੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨੌਜਵਾਨ ਨੇ ਪਰ ਨੰਬਰ 22 ਦਾ
ਇਹਦੇ 365 ਵਾਲਿਆਂ ਦੇ ਕੈਮਰੇ ਫੋਕਸ ਨੇ, ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਖੇਡ ਮੈਦਾਨ ਚ ਖੇਡਾ ਦੋਨਾਂ ਤੇ ਮਹਿਮ ਦਵਾਲ ਦਾ ਅਗਲਾ ਜੋ ਮੈਚ ਖੇਡਿਆ ਜਾਣਾ ਹੈ ਇਹ ਬਿਲਕੁਲ ਤਿਆਰੀ ਕਰ ਲੈਣ ਟੀਮਾਂ। ਕੰਗ ਸਾਹਿਬ ਤੇ ਮੈਰੀਪੁਰ, ਫਤਿਹਗੜ੍ਹ ਸਲਾਣਾ ਤੇ ਸਾਖੂਵਾਲ ਮੋਗਾ। ਸੀਪੀ ਨੇ ਕੀਤੀ ਹਟਰਾਈ ਕਿ ਚੰਡਿਆਂ ਗਡਾਸਿਆਂ ਦੇ ਵਾਰ ਨਹੀਂ ਉਹ ਚੱਲਦੇ, ਗੋਲੀ ਅੱਗੇ ਕਦੇ ਹਥਿਆਰ ਨਹੀਂ ਉਹ ਚੱਲਦੇ, ਉਹ ਕਹਿੰਦਾ ਸਰਪੰਚ ਜਿਹਦੇ ਨਾਲ ਪਿੰਡ ਦੇ ਬੰਦੇ ਚਾਰ ਨਹੀਂ ਉਹ ਚੱਲਦੇ। ਤੇ ਸੋਨੂੰ ਫਤੋਵਾਲ ਗੱਲਾਂ ਸੱਚ ਲਿਖਦਾ, ਕਿਸੇ ਕਿਸੇ ਮੈਚ ਸੁਪਰ ਸਟਾਰ ਨਹੀਂ ਉਹ ਚੱਲਦੇ, ਕਿਸੇ ਕਿਸੇ ਮੈਚ ਸੁਪਰ ਸਟਾਰ ਨਹੀਂ ਚੱਲਦੇ। ਇਸ ਵਿੱਚ ਚਿੱਟੀ ਵਾਲੇ ਜੱਗੇ ਨੇ ਫਿਰ ਕੋਸ਼ਿਸ਼ ਕੀਤੀ ਹੈ ਡੱਕ ਪਾਉਣ ਦੇ ਲਈ, ਪਰ ਨੰਬਰ ਢਾਵੀ ਦਾ ਨੰਬਰ ਰੇਡਰ ਦੇ ਵਾਸਤੇ ਕਿ ਰੋਕਿਆ ਕਿੱਥੋਂ ਰੁਕਦੀਆਂ ਲਹਿਰਾਂ ਹਿੱਚ ਨਾਭਦੀਆਂ, ਬਈ ਜੋਸ਼ ਅਣਖਲਾਂ ਭਰੀਆਂ ਹੋਈਆਂ ਜਵਾਨੀਆਂ ਇਹ ਪੰਜਾਬ ਦੀਆਂ। ਇਹ ਆ ਰੰਗਲੇ ਪੰਜਾਬ ਦੀ ਰੰਗਲੀ ਜਵਾਨੀ, ਰੰਗਲੇ ਪੰਜਾਬ ਦੀ ਕਿਸੇ ਤੋਂ ਸੁਣਾਵਾਂ ਜਿੱਥੇ ਰੱਬ ਵਰਗੀਆਂ ਮਾਵਾਂ, ਧਰਤੀ ਪੰਜ ਦਰਿਆ ਦੀ ਰਾਣੀ ਜਿਹਦਾ ਸ਼ਰਬਤ ਵਰਗਾ ਪਾਣੀ, ਇਹਦਾ ਰੰਗ ਸੰਧੂਰੀ ਏ ਗੋਰੀ ਚਿੱਟੀ ਏ, ਇਹਨੂੰ ਮੈਲੀ ਨਾ ਕਰਿਓ, ਇਹ ਮੇਰੇ ਪੰਜਾਬ ਦੀ ਮਿੱਟੀ ਏ ਸ਼ੁਰਲੀ ਖੀਰਾ ਵਾਲਦਾ। ਇਸ ਵਿੱਚ ਝੱਟ ਮਾਰਦਾ ਰੱਖਿਆ ਹੱਥਾਂ ਉੱਤੇ ਹੱਥ, ਮਨਾ ਮੁਹੀ ਜ਼ੋਰ ਲੱਗਾ ਕਿ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ, ਇਹਦੇ ਵਿੱਚ ਹੁੰਦਾ ਯਾਰ ਨੰਬਰ। ਇਸ ਵਿੱਚ ਆਹੀ ਦੇ ਵਾਸਤੇ ਨੰਬਰ ਖੀਰਾ ਵਾਲ ਦੀ ਖੇਡ ਕਲੱਬ ਦੇ ਵਾਸਤੇ ਜੁੜਦਾ ਹੈ। ਕੰਗ ਸਾਹਿਬ ਤੇ ਮੈਰੀਪੁਰ, ਇਹ ਟੀਮਾਂ ਬਹੁਤ ਜਲਦ ਖੇਡ ਮੈਦਾਨ ਦੇ ਕੋਲ ਪੁੱਜਣ। ਕੰਗ ਸਾਹਿਬ ਰਾਏ ਤੇ ਮੈਰੀਪੁਰ ਦੀਆਂ ਟੀਮਾਂ ਫਤਿਹਗੜ੍ਹ ਸਲਾਣਾ ਤੇ ਸਾਖੂਵਾਲ ਮੋਗਾ। ਗੁਰਵਿੰਦਰ ਸਿੰਘ ਚਿੱਟੀ ਪਿੰਡ ਦਾ ਇਸ ਵੇਲੇ ਮੋਹਰੇ ਖੜਕੇ ਡੱਕਣ ਦਾ ਯਤਨ ਵਧੀਆ ਹੋਇਆ ਤਾਲਾ ਕਿ ਪਿੱਛੋਂ ਵਾਲਾ ਸ਼ੀਰਾ ਤਾਂ ਕਮਾਲ ਕਰਦਾ, ਮਾਰ ਮਾਰ ਤਾਲਾਂ ਵਿੱਚ ਲਾਲ ਕਰਦਾ। ਇਸ ਨਾਲ ਹੀ ਮੈਚ ਸਮਾਪਤ ਹੈ। ਇਸ ਮੈਚ ਵਿੱਚ ਖੀਰਾ ਵਾਲੀ ਟੀਮ ਜਿਹੜੀ ਹੈ ਵੱਡੇ ਫਰਕ ਨਾਲ ਜੇਤੂ ਹੈ। ਗੁਰਵਿੰਦਰ ਸਿੰਘ ਸਿੱਖ ਸਰਦਾਰ ਆਪਣਾ ਬਣਦਾ ਮਾਨ ਸਨਮਾਨ ਆ ਕੇ ਪ੍ਰਾਪਤ ਕਰੇ ਤੇ ਸਿੱਖ ਸਰਦਾਰ ਰੇਡਰ ਵੀ ਧਾਵੀ ਵੀ ਜਿਹੜੇ ਸਿੱਖ ਸਰਦਾਰ ਨੌਜਵਾਨ ਖੇਡ ਰਹੇ ਆ ਉਹਨਾਂ ਦਾ ਮਾਨ, ਠੀਕ ਹੈ, ਜਿਹੜੇ ਵਧੀਆ ਪਲੇਅਰ ਖੇਡ ਰਹੇ ਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ। ਬਾਬਾ ਕੌਰ ਸਿੰਘ ਜੀ ਸਪੋਰਟਸ ਕਲੱਬ ਰਹੀਮਪੁਰ ਦੀ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਨੌਜਵਾਨ ਵਧੀਆ ਖੇਡ ਦਿਖਾ ਰਹੇ ਨੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ। ਸ਼ਿੰਦਾ ਸਾਡਾ ਵੀਰ ਬਜਵਿਆਂ ਵਾਲਾ, ਸ਼ਿੰਦਾ ਬਜਵਾ ਕਲਾਂ ਵਾਲਾ, ਉਹਨੂੰ ਬੇਨਤੀ ਹੋ ਵੀ ਆਪਣਾ ਸਨਮਾਨ ਚਲਾ ਕੇ ਲਵੇ। ਆ ਜੋ ਮੁਕਾਬਲਾ ਹੁਣ ਹੋਣ ਜਾ ਰਹੇ ਆ ਮਹਿਮ ਦਵਾਲ ਤੇ ਖੇੜਾ ਦੋਨਾਂ। ਆ ਗਿਆ ਪਿੱਤ ਸ਼ੇਰਾਂ ਜਿਹੇ ਗਰਾਊਂਡ ਅੰਦਰ, ਬਿਨਾਂ ਪੀਤੇ ਨਸ਼ੇ ਅੱਜ ਚੜਨਗੇ ਜੀ, ਧਾਵੀ ਉੱਡਣਗੇ ਜਾਫੀਆਂ ਨੂੰ ਹੱਥ ਲਾ ਕੇ ਤੇ ਪੰਛੀ ਵੀ ਵੇਖਣ ਨੂੰ ਇਹਨਾਂ ਨੂੰ ਖੜਨਗੇ ਜੀ। ਚੀਤੇ ਵਾਂਗ ਭੱਜਣਾ ਮੈਦਾਨੇ ਕਈਆਂ ਨੇ, ਕਈ ਛਾਲਾ ਅੰਬਰਾਂ ਦੇ ਵਿੱਚ ਜੜਨਗੇ ਜੀ, ਫਤੋਵਾਲ ਸੋਨੂੰ ਸਾਨਾਂ ਦੇ ਭੇੜ ਅੰਦਰ ਤੇ ਕੱਪ ਜੋਰਾਂ ਵਾਲੇ ਹੀ ਖੜਨਗੇ ਜੀ। ਅੱਜ ਕਹਿੰਦੇ ਵੀ ਰਹੀਮਪੁਰ ਦਾ 27ਵਾਂ ਇਹ ਕਬੱਡੀ ਕੱਪ ਕਿਹੜੀ ਟੀਮ ਜਿੱਤੂ ਇਹ ਤੇ ਸਮਾਂ ਦੱਸੂ, ਇਸ ਸਮੇਂ ਦੀ ਬਾਤ ਹੋਣੀ ਹੈ। ਸਟੇਜ ਵਾਲੇ ਪਾਸੇ ਟੀਮ ਖੇੜੇ ਦੋਨੇ ਦੀ ਖੇਡ ਜਾ ਰਹੀ ਹੈ, ਜਿੱਥੇ 20-21 ਤੇ 22 ਫਰਵਰੀ ਖੇੜੇ ਦੋਨੇ ਦੇ ਕਬੱਡੀ ਕੱਪ ਦੀਆਂ ਤਰੀਕਾਂ ਨੇ। ਸਾਰੇ ਵੀ ਨੋਟ ਕਰ ਲੈਣ, 20-21-22 ਫਰਵਰੀ ਖੇੜੇ ਦੋਨੇ ਦੇ ਖੇਡ ਮੇਲੇ ਦੀਆਂ ਤਰੀਕਾਂ। ਤੇ ਦੂਸਰੇ ਪਾਸੇ ਟੀਮ ਜਿਹੜੀ ਖੇਡ ਜਾ ਰਹੀ ਹੈ ਉਹ ਹੈ ਮਹਿਮ ਦਵਾਲ ਦੀ ਟੀਮ। ਮਹਿਮ ਦਵਾਲ ਹੈਲੋ, ਬਹੁਤ ਸ਼ਾਨਦਾਰ ਮੁਕਾਬਲੇ ਰਹੀਮਪੁਰ ਦੀ ਧਰਤੀ ਤੇ ਖੇਡੇ ਜਾ ਰਹੇ ਨੇ। ਜਿੱਧਰੋਂ ਕਬੱਡੀ ਪੈਂਦੀ ਪਈ ਹੈ ਮਹਿਮ ਦਵਾਲ ਦਾ ਨੌਜਵਾਨ ਕਬੱਡੀ ਪਾ ਰਿਹਾ ਹੈ ਤੇ ਖੇੜੇ ਦੋਨੇ ਵਾਲੇ ਨੇ ਯਤਨ ਕੀਤਾ ਪਰ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕੇ ਹੈ। ਅਗਲੀ ਕਬੱਡੀ ਖੇੜੇ ਦੋਨੇ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ। ਹੈਲੋ, ਇਸ ਮੈਚ ਤੋਂ ਬਾਅਦ ਕੰਗ ਸਾਹਿਬ ਰਾਏ ਤੇ ਮੀਰਾਪੁਰ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜੋ। ਮੈਰੀਪੁਰ ਤੇ ਕੰਗ ਸਾਹਿਬ ਰਾਏ ਇਹ ਦੋਵੇਂ ਟੀਮਾਂ ਨੂੰ ਬੇਨਤੀ ਹੈ ਕਿ ਨੈਕਸਟ ਮੈਚ ਖੇਡਿਆ ਜਾਵੇਗਾ, ਜਲਦੀ ਜਲਦੀ ਗਰਾਊਂਡ ਦੇ ਵਿੱਚ ਪੁੱਜੋ। ਪਰ ਇੱਧਰਲੇ ਪਾਸੇ ਮਹਿਮ ਦਵਾਲ ਦਾ ਨੌਜਵਾਨ ਜਸਪਿੰਡ ਦਾ ਸੰਦੀਪ ਮੇਰੇ ਵੀਰਿਓ ਵਿਸ਼ਵ ਕੱਪ ਤੋਂ ਪ੍ਰੀਤ ਡਾਕਟਰ ਦੇ ਉੱਤੇ ਬਹਿਣ ਦਾ ਮਾਣ ਹਾਸਲ ਕੀਤਾ ਹੈ। ਉਸੇ ਪਿੰਡ ਦਾ ਨੌਜਵਾਨ ਕੋਸ਼ਿਸ਼ ਕਰਦਾ ਪਰ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਇਸ ਰੇਡਰ ਗੁਰਜਿੰਦਰ ਨੂੰ 100 ਰੁਪਈਆ ਨਾਮ ਜੀ ਰਘਵੀਰ ਸਿੰਘ ਵੱਲੋਂ।
ਗਰਜਿੰਦਰ ਦੇ ਵਾਸਤੇ 100 ਰੁਪਏ ਦਾ ਮਾਣ, ਜਿੰਨੀਆਂ ਰੇਡਾਂ ਲੈ ਕੇ ਆਵੇ ਗਰਜਿੰਦਰ ਉਹਨੇ ਮਾਣ ਸਨਮਾਨ 100 ਰੁਪਏ ਦੇ ਨਾਲ ਦਿੱਤੇ ਜਾਣਗੇ। ਖੇੜੇ ਦੋਨੇ ਦੀ ਟੀਮ ਦਾ ਇੱਕ ਖਿਡਾਰੀ ਕਿ ਆ ਗਏ ਨੇ ਮੁੰਡੇ, ਦੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਨੇ ਨਾਲ ਦੇਖੋ ਬਾਡੀਆਂ ਸ਼ਿੰਗਾਰੀਆਂ, ਲੱਗਣਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ। ਬੰਦਾ ਕੌਡੀਓ ਹੀਰਾ ਬਣ ਜਾਂਦਾ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਚਾਰ ਜਾਫੀ ਤਿਆਰ ਬਰ ਤਿਆਰ ਨੇ, ਮਹਿਮਦਵਾਲ ਸੁਰਖਪੁਰ ਦਾ ਏਰੀਆ ਮੇਰੇ ਵੀਰਿਓ, ਪਰ ਉਧਰਲੇ ਪਾਸੇ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਖੇੜੇ ਦੋਨੇ ਦੀ ਟੀਮ ਦੇ ਲਈ ਕੰਕ ਦਾ ਵਾਧਾ ਹੋ ਚੁੱਕਿਆ ਹੈ। ਕੰਗ ਸਾਹਿਬ ਰਾਏ ਤੇ ਮੈਰੀਪੁਰ ਇਹ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਪੁੱਜੋ, ਫਤਿਹਗੜ੍ਹ ਤੇ ਦੂਜੇ ਪਾਸੇ ਸੁਖਵਾਲ ਮੋਗਾ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜੋ। ਬਹੁਤ ਵਧੀਆ ਮੁਕਾਬਲੇ ਖੇਡੇ ਜਾਣਗੇ। ਟੀਮਾਂ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਪੁੱਜੋ। ਆਹ ਖਿਡਾਰੀ ਜਿੰਨੇ ਪੁਆਇੰਟ ਲੈ ਕੇ ਆਵੇਗਾ ਉਹਨੇ ਮਾਣ ਸਨਮਾਨ ਕਹਿੰਦੇ ਸਾਡੇ ਵੀਰਾਂ ਵੱਲੋਂ ਦਿੱਤੇ ਜਾਣਗੇ। ਖੇੜੇ ਦੋਨੇ ਦੀ ਧਰਤੀ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ ਕਿ ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਦੋ ਨੰਬਰ ਤੋਂ ਮਹਿਮਦਵਾਲ ਦਾ ਲੋ ਮੁਕਾਬਲਾ ਸਖਤ ਹੈ, ਇੱਕੋ ਜਿਹਾ ਸਰੀਰ ਹੈ, ਜ਼ੋਰ ਲੱਗਾ ਪਿਆ। ਪੁਆਇੰਟ ਜਾਫੀ ਦੇ ਖਾਤੇ ਮਹਿਮਦਵਾਲ ਦੀ ਟੀਮ ਦੇ ਲਈ ਕੰਕ ਦਾ ਹੋਰ ਵਾਧਾ ਹੋ ਚੁੱਕਿਆ ਹੈ। ਅਗਲੀ ਕਬੱਡੀ ਮਹਿਮਦਵਾਲ ਦੀ ਤਰਫੋਂ ਨੌਜਵਾਨ ਪਾਉਣ ਦੇ ਲਈ ਤਿਆਰੀ ਫੜਦਾ ਹੋਇਆ ਧਰਤੀ ਮਾਂ ਨੂੰ ਸਲਾਮ ਕੀਤਾ ਹੈ ਤੇ ਚਾਰ ਜਾਫੀ ਖੇੜੇ ਦੋਨੇ ਦੀ ਟੀਮ ਦੇ ਪੂਰੀ ਤਿਆਰੀ ਦੇ ਵਿੱਚ ਨੇ। ਕਿਹੜਾ ਮਾਂ ਦਾ ਸ਼ੇਰ ਪੁੱਤ ਇਸ ਨੌਜਵਾਨ ਨੂੰ ਵੱਧ ਕੇ ਡੱਕ ਪਾਊ ਮੇਰੇ ਵੀਰਿਓ, ਕਿ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ, ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਾਉਂਦੇ ਨੇ, ਕਈ ਵਿੱਚ ਪੰਜਾਬ ਦੇ ਕਰਦੇ ਦੇਖੇ ਕਮਾਲ ਬਈ, ਵਿੱਚ ਸਟਾਰਾਂ ਦੇ ਨਾਂ ਆਉਂਦਾ ਮਿੱਤਰੋ ਮਿਹਨਤ ਨਾਲ ਬਈ, ਵਿੱਚ ਸਟਾਰਾਂ ਨਾਂ ਆਉਂਦਾ ਮਿਹਨਤ ਨਾਲ ਬਈ। ਪੁਆਇੰਟ ਇਸ ਵਕਤ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਅਗਲਾ ਮੈਚ ਕੰਗ ਸਾਹਿਬ ਰਾਏ ਤੇ ਮੈਰੀਪੁਰ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ। ਫਤਿਹਗੜ੍ਹ ਸਾਹਿਬ ਤੇ ਦੂਜੇ ਪਾਸੇ ਸੇਖੂਵਾਲ ਮੋਗੇ ਦੀ ਟੀਮ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਪੁੱਜੋ। ਲਓ ਸਾਹਮਣੇ ਪਾਸੇ ਮਹਿਮਦਵਾਲ ਦਾ ਜਾਫੀ ਪਕੜ ਮਜ਼ਬੂਤ ਕਰਦਾ ਹੋਇਆ ਕਿ ਜਿੰਦੜੀ ਇੰਜ ਫਸ ਗਈ ਜਿਵੇਂ ਫਸ ਰੋਹ ਵਿੱਚ ਮੇਲਣ ਵਿੱਚ ਗੰਨਾ, ਰੋਹ ਨੂੰ ਕਹਿ ਮੁਹੰਮਦ ਤੇ ਹੁਣ ਰਹੇ ਤਾਂ ਮੰਨਾ, ਰੋਹ ਨੂੰ ਕਹਿ ਮੁਹੰਮਦ ਹੁਣ ਰਹੇ ਤਾਂ ਮੰਨਾ। ਪੁਆਇੰਟ ਜਾਫੀ ਦੇ ਖਾਤੇ ਜੁੜ ਚੁੱਕਿਆ ਹੈ। ਪਾ ਵੀ ਨੌਜਵਾਨਾਂ ਅਗਲੀ ਕਬੱਡੀ ਚੜ੍ਹਦੀ ਜਵਾਨੀ ਹੈ ਮਹਿਮਦਵਾਲ ਪਿੰਡ ਤੇ ਦੂਜੇ ਪਾਸੇ ਚਾਰ ਜਾਫੀ ਖੇੜੇ ਦੋਨੇ ਪਿੰਡ ਦੇ। ਕਿਹੜਾ ਨੌਜਵਾਨ ਵੱਧ ਕੇ ਇਸ ਨੌਜਵਾਨ ਦੇ ਨਾਲ ਟੱਕਰ ਲਊ ਮੇਰੇ ਵੀਰਿਓ, ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ, ਦੇਖਦਾ ਜਮਾਨਾ ਯਾਰੋ ਖੜ ਖੜ ਕੇ, ਵਿੱਚ ਮੈਦਾਨੇ ਹੁਣ ਨਤਾਰੇ ਹੋਣੇ ਆ ਸ਼ੇਰਾਂ ਨੇ, ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਹੈ, ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਹੈ। ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਇਸ ਨੌਜਵਾਨ ਦੀ ਹਰ ਕਬੱਡੀ ਦੇ ਉੱਤੇ ਮਾਣ ਸਨਮਾਨ, ਸਾਡੇ NRI ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਸਖਤ ਮਿਹਨਤਾਂ ਕਰਦੇ ਨੇ, ਕਿ ਰਹੀਮਪੁਰ ਦੇ ਮੁੰਡੇ ਦੇਖ ਲਓ ਅੱਥਰੇ ਸ਼ੌਂਕ ਪਕਾਉਂਦੇ, ਦਸਾਂ ਨੁਹਾਂ ਦੀ ਕਿਰਤ ਕਮਾਈ ਕਰਕੇ ਇਹਨੇ ਖੇਡ ਮੇਲੇ ਕਰਾਉਂਦੇ, ਖਰੇ ਖੋਟੇ ਦੀ ਪਰਖ ਇਹਨਾਂ ਨੂੰ, ਇਹ ਗੱਲ ਕਰਦੇ ਟਣਕਾ ਕੇ ਰਾਜ ਲਹਿੜੀ ਸੱਦ ਕੇ ਜਾਈਏ ਖੇਡ ਕਬੱਡੀ ਦੇ, ਸੱਚੇ ਸੱਜਣ ਮਿਲਦੇ ਜਾਫੀਆਂ ਪਾ ਕੇ। ਗਰਜਿੰਦਰ ਕਹਿੰਦੇ ਬਹੁਤ ਵਧੀਆ ਖੇਡਦਾ ਪਿਆ ਤੇ ਚਾਰ ਜਾਫੀ ਖੇੜੇ ਦੋਨੇ ਦੀ ਟੀਮ ਦੇ। ਗੁਰਜਿੰਦਰ ਨੂੰ ਰਘਵੀਰ ਸਿੰਘ USA ਵੱਲੋਂ 100 ਰੁਪਇਆ ਫੇਰ ਆ ਗਿਆ ਆ। ਗੁਰਜਿੰਦਰ ਸਿੰਘ ਚੱਕ ਦੇ ਕੰਮ ਨੂੰ, ਜਿੰਨੀਆਂ ਰੇਡਾਂ ਉਨੇ 100-100। ਇਹ ਭਗਤ ਸਿੰਘ ਹੋਣੀ ਕਿਉਂ ਨੀ ਨੋਟਾਂ ਉੱਤੇ ਨਜ਼ਰ ਆਉਂਦੇ, ਇਹ ਦੇਖ ਕੇ ਬੜਾ ਹੀ ਦੁੱਖ ਲੱਗਦਾ। ਭਗਤ ਸਿੰਘ ਹੋਣੀ ਜੇਕਰ ਨੋਟਾਂ ਉੱਤੇ ਛਪੇ ਹੁੰਦੇ ਉਹਨਾਂ ਦੀ ਰੂਹ ਜਾਣੀ ਸੀ, ਟੁੱਟ ਲੱਗਦਾ, ਕਿਉਂਕਿ ਇਹਨਾਂ ਨੋਟਾਂ ਦੇ ਖਾਤਰ ਬੁਰੇ ਕੰਮ ਕਰਦਾ ਮੇਰੇ ਪੰਜਾਬ ਦਾ ਦੂਜਾ ਤੀਜਾ ਮਨੁੱਖ ਲੱਗਦਾ। ਉਹ ਚਹਾਣ ਜਿਆਦਾ ਜਦੋਂ ਵੀ ਲੋਕੀ ਨੋਟ ਗਿਣਦੇ ਬਾਪੂ ਗਾਂਧੀ ਦੀ ਟਿੰਡ ਤੇ ਥੁੱਕ ਲੱਗਦਾ, ਉਹ ਮਹਿਮਦ ਵਾਲੀ ਆ। ਤੇ ਦੂਜੇ ਪਾਸੇ ਖੇੜੇ ਦੋਨੇ ਵਾਲਾ ਇੱਕ ਅੰਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਚੁੱਕਿਆ। ਹੈਲੋ ਫਤਿਹਗੜ੍ਹ ਸਲਾਣਾ ਤੇ ਸ਼ਾਖੂਵਾਲ ਮੋਗਾ, ਇਹ ਵੀ ਆ ਜਾਓ ਯਾਰ ਭਾਜੀ। ਫਤਿਹਗੜ੍ਹ ਸਲਾਣਾ ਤੇ ਸ਼ਾਖੂਵਾਲ ਮੋਗੇ ਦੀ ਟੀਮ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਟੀਮਾਂ ਪੁੱਜਣ। ਪਰ ਇੱਧਰਲੇ ਪਾਸੇ ਉੱਚਾ ਲੰਮਾ ਕੱਦ ਨੌਜਵਾਨ ਦਾ ਹੀਕੇ ਉੱਤੇ ਬਹਿਣ ਵਾਲੀ ਗੱਲ ਕੀਤੀ ਇਸ ਨੌਜਵਾਨ ਨੇ। ਪੁਆਇੰਟ ਜਾਫੀ ਦੇ ਖਾਤੇ ਜੁੜ ਚੁੱਕਿਆ ਹੈ। ਲਓ ਫਿਰ ਗੁਰਜਿੰਦਰ ਫਿਰ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ ਤੇ ਚਾਰ ਜਾਫੀ ਤਿਆਰ ਬਰ ਤਿਆਰ ਨੇ। ਚੌਥੀ ਕਬੱਡੀ ਤੇ ਇੱਕ ਜਾਫਾ ਲੱਗਾ ਇਸ ਨੌਜਵਾਨ ਨੂੰ ਤੇ ਮਾਣ ਸਨਮਾਨ ਸਾਡੇ NRI ਵੀਰ ਰਹੀਮਪੁਰ ਵਾਲੇ ਮਾਣ ਸਨਮਾਨ ਕਰਦੇ। ਲਓ ਗੁਰਜਿੰਦਰ ਵਾਹ ਨੱਚਦਾ ਟੱਪਦਾ ਨੌਜਵਾਨ ਇੱਕ ਅੰਕ ਦਾ ਵਾਧ ਆਪਣੀ ਟੀਮ ਦੇ ਲਈ ਕਰ ਚੁੱਕਿਆ ਹੈ। 100 ਰੁਪਇਆ ਹੋਰ ਸਾਡੇ ਹਰਜੀਤ ਭਾਜੀ ਹੋਣਾ ਵੱਲੋਂ
मान सम्मान किए जा रहे ने इन्हें एन आर आई सज्जन का बहुत बहुत धन्यवाद। जिन्हें पॉइंट लैके उन्ने मान सम्मान कहते सज्जन देंदे पाए ने सारे दानी सज्जन का बहुत बहुत धन्यवाद। स्टेज के उत्ते माण योग शखीत पर इधरले पासे महमद वाल वाला हल्का जहा टच करके वाह पॉइंट रेडर के खाते जुड़ चुके हैं। शाम सिंह जी चिट्टी पिंड वाले जिन्हां ने पिंड की टीम पहला खीरांवाल की टीम के नाल खेड के बहुत वधिया प्रदर्शन किया है कि बदन गुंदमा शरीर विच जान होवे नाले चाहिदा इरादा मजबूत लोगो गेम सुधरती सीख के कोच कोलो जिवें चमड़े नूं सुधारे कलपूत लोगो। लो सामने पासे महमद बाल की तरफों फिर गभरू कबड्डी पाउण दे लई चलिया है। ये गभरू देश पंजाब दे इन्हां दे जुस्सियां दे विच जान गज गज चौड़ियां छातियां ये दंदे थल तूफान ये अंबरी गुड्डी चाड़दे टाकी लाउंदे विच समान ये तन मन दे नाल जूझदे बार्डर होवे जां खेड मैदान ताइयों ताईं ना उत्ते दोस्तों सानू रब रब वर्गा ए माण। लो सामने पासे के वंगा चढ़ाउंदा बई मान हो गया ओ मेरा हाथ ना छड़े बंजारा। लो ढेरिया दे कोल मुकाबला सख्त है कदी गुट फड़े कदी गिट्टा मित्रो समा समा वाह स्वाद कर दिता खेड़े दोने वाले इस नौजवान ने। लो फिर कबड्डी पाउण दे लई गुरजिंदर खेड़ मैदान दे विच वध चुके है बहुत वधिया खिडारी जे पॉइंट लैके आओ तां फिर मान सम्मान साढ़े हरजीत भाजी वालों दिते जाणगे। लो मुकाबला सख्त होगा चार जाफी महमद वाल दी टीम दे कोने ते के सोनी चिना दे किनारे गल्लां करदी घड़े दे नाल के घड़िया तेनू तारा जन। रघबीर सिंह जी माफी चाहुंदे हरजीत आखी गए बहुत बहुत धन्नवाद। फिर एक सौ रुपये का माण गुरजिंदर दे वास्ते पुजदा कर गए ने बहुत बहुत धन्नवाद। लो सामने पासे चार जाफी खेड़े दोनों की टीम दे तैयार बर तैयार ने किहड़ा नौजवान बद के इस नौजवान दे नाल टक्कर लऊ। लो लाल निकर है दूजे पासे रेडर भी लाल निकर मुकाबला ढेरिया ने कोल के बलिए बना गए झांजर तेरी नाल नाल तेरे तुरना जा मित्रा ने कोका बनना जा बन जाना गानी तेरी दे मन के फिर तेन टकरांगे सजरे शरीक तेरे बन के। खैड़े दोनों की टीम इस मैच जेतू रही है खैड़े दोनों की टीम इस मैच विन कर चुकी है। कंग साहब राय ते मैरीपुर दीआं टीमां दोवें टीमां नूं बेनती है कि सैडा लईआं जाण। फतेहगढ़ सलाना ते सिखूवाल मोगे की टीम नूं बेनती है कि अपनी तैयारी फड़ के ग्राउंड के लागे आ जाओ। दिल्ली पुल्लर ते दूजे पासे बगवाई पुरिया ये भी टीम ग्राउंड के आ जाओ। बगवालीपुर गुरजिंदर साढ़े को स्पेशल प्राइज लगे आपका गुरजिंदर ते नाल कहिंदे 400 रुपया भी इस कबड्डी के खिडारी के वास्ते पुजदा होया है। बहुत सोहनी खेड दिखाई इस नौजवान ने। भाजी आ जिहड़ा मैच शुरू होण लगे तो अगले दो मैच बोलो कंग साहब राय ते मैरीपुर दीआं टीमां दे विचकार मुकाबला खेडिया जाएगा। फतकड़ सलाना ते सेखूवाल मोगे की टीम नूं बेनती है कि ग्राउंड दे विच पुजो। दिल्ली पुल्लर ते बगवालीपुर ये भी टीम ग्राउंड दे विच आ जाओ। बगवालीपुर लो एक पासे टीम बई कंग साहब राय की टीम किधरले पासे हथ खड़ा करो। लो सामने पासे कबड्डी पाउण दे लई मैरीपुरिया गभरू खेड मैदान में कंक का होर वाधा अपनी टीम के लिए कर चुके हैं। पॉइंट मैरीपुर की टीम के खाते जुड़ चुके हैं। अगली कबड्डी धरती मां नूं सलाम किया इस नौजवान ने कंग साहब राय की धरती का गभरू कबड्डी पाउण दे लई वध चुके हैं। चार जाफी तैयार बर तैयार ने किहड़ा नौजवान वध के डक्कू मेरे वीरियो के प्यो दादा हड रगड़ा के रह गया जोड़दा मुंडे ने सड़क वाला किला वेचता अद्धे करोड़ का लाके वैलियां ना जारी गड्डी रखी आ सफारी वह पट्टिया किसे हीर है हर किले ते लिमट ते कहिंदे जट अमीर है हर किले ते लिमट ते कहिंदे जट अमीर है। अमन लोपो जी गल्लां करदे ने जां बिट्टू बिहारी प्रिया जां साडा वीर मल्लियां वाला बहुत वधिया बुलारे सारिआं दा इत्थे उत्ते धन्नवाद। इस मैच तो बाद फतेहगढ़ सलाना ते सेखूवाल मोगे की टीम नूं बेनती है
ਕਿ ਗਰਾਊਂਡ ਦੇ ਲਾਗੇ ਆ ਕੇ ਬੈਠ ਜਾਣ। ਦਿੱਲੀ ਭੁੱਲਰ ਤੇ ਬਗਵਾਲੀਪੁਰ ਇਹ ਵੀ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ। ਬਹੁਤ ਵਧੀਆ ਮੁਕਾਬਲੇ ਪਹਿਲੇ ਰਾਊਂਡ ਦੇ ਖੇਡੇ ਜਾ ਰਹੇ ਨੇ। ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕਹਿੰਦੇ ਮੋਟਰਸਾਈਕਲ ਦਿੱਤਾ ਜਾਊ। ਕਿਹੜਾ ਖਿਡਾਰੀ ਅੱਜ ਮੋਟਰਸਾਈਕਲ ਦਾ ਵਿਨਰ ਬਣੂ? ਲੋ ਸਾਹਮਣੇ ਪਾਸੇ ਮੋਰਾਂ ਵਰਗੀ ਪਹਿਲ ਪੈ ਚੁੱਕੀ ਹੈ। ਚਾਰ ਜਾਫੀ ਤਿਆਰ ਬਰ ਤਿਆਰ ਨੇ ਮੈਰੀਪੁਰ ਦੀ ਟੀਮ ਦੇ, ਤੇ ਦੂਜੇ ਪਾਸੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਲਓ ਪਰਾ ਸ੍ਰੀ ਹੈ, ਤੇ ਦੂਜੇ ਪਾਸੇ ਗੋਪੀ ਦੇ ਤੌਰ ਤੇ ਜਾਣਿਆ ਜਾਂਦਾ ਜਾਫੀ। ਪਰ ਪੁਆਇੰਟ ਕੰਗ ਸਾਹਿਬ ਰਾਏ ਦੀ ਟੀਮ ਦੇ ਖਾਤੇ ਜੁੜ ਚੁੱਕੇ ਹੈ। ਰਵੀ ਫਿਰ ਕਬੱਡੀ ਪਾਉਣ ਦੇ ਲਈ ਮੈਰੀਪੁਰ ਦੀ ਟੀਮ ਦਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ। ਚਾਰ ਜਾਫੀ ਤਿਆਰ ਬਰ ਤਿਆਰ ਨੇ। ਕਿਹੜਾ ਨੌਜਵਾਨ ਵੱਧ ਕੇ ਇਸ ਨੌਜਵਾਨ ਦੇ ਨਾਲ ਟੱਕਰ ਲਊ ਮੇਰੇ ਵੀਰਿਓ? ਕਿ ਨਹਿਰ ਦੀਆਂ ਪਟਰੀਆਂ ਤੇ ਜਾ ਜਾ ਕੇ ਮਿਹਨਤਾਂ ਲਾਉਣੀਆਂ ਪੈਂਦੀਆਂ ਨੇ। ਖਲ ਵਾਲੀਆਂ ਬੋਰੀਆਂ ਨਿਚੋੜ ਨਿਚੋੜ ਕੇ ਪਕੜਾਂ ਬਣਾਉਣੀਆਂ ਪੈਂਦੀਆਂ ਨੇ, ਤਾਂ ਹੁੰਦੀ ਜਿੱਤ ਕਿਤੇ ਹੁੰਦੀ ਹਾਰ ਮਿੱਤਰੋ। ਸੋਖਾ ਦਾ ਸਟਾਰ ਮਿੱਤਰੋ ਫਤਿਹਗੜ੍ਹ ਸਲਾਣਾ ਸਾਖੂਵਾਲ ਮੋਗਾ ਆ ਜਾਓ ਭਾਜੀ ਯਾਰ। ਚੱਕ ਦੇਸਰਾਜ ਅਕਾਲਸਰ ਮੋਗਾ, ਬਿੱਲੀ ਭੁੱਲਰ ਬਗਵਾਲੀਪੁਰ, ਕਾਲਾ ਸੰਘਿਆ ਇਹ ਤਲਵੰਡੀ ਮਾਧੋ, ਇਹ ਸਾਰੀਆਂ ਟੀਮਾਂ ਆ ਜਾਓ ਯਾਰ ਜਲਦੀ ਤੋਂ ਜਲਦੀ, ਐਂ ਬਹੁਤ ਥੋੜਾ ਆ ਆਪਣੇ ਕੋਲ। ਬਿੱਲੀ ਭੁੱਲਰ ਤੇ ਬਗਵਾਲੀਪੁਰ, ਚੱਕ ਦੇਸਰਾਜ ਤੇ ਅਕਾਲਸਰ ਮੋਗਾ, ਕਾਲਾ ਸੰਘਿਆ ਇਹ ਤੇ ਤਲਵੰਡੀ ਮਾਧੋ, ਮਲਸੀਆਂ ਇਹ ਤੇ ਰਾਜ ਕਲੱਬ ਉੱਗੀ, ਇਹ ਟੀਮਾਂ ਸਾਰੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਗਰਾਊਂਡ ਦੇ ਵਿੱਚ ਪੁੱਜੋ। ਲਓ ਸਾਹਮਣੇ ਪਾਸੇ ਕਬੱਡੀ ਨੌਜਵਾਨ ਮੈਰੀਪੁਰੀਆ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵੱਧ ਚੁੱਕਿਆ ਹੈ। ਚਾਰ ਜਾਫੀ ਤਿਆਰ ਬਰ ਤਿਆਰ ਤੇ ਇੱਕ ਦੇ ਨਾਲ ਮੁਕਾਬਲਾ ਮੇਰੇ ਵੀਰੇ ਹੋ ਚੁੱਕਿਆ ਹੈ। ਖੇਡ ਮੈਦਾਨ ਵਿੱਚ ਸਮਾਂ ਬੀਤਦਾ ਜਾ ਰਿਹਾ, ਪੁਆਇੰਟ ਜਾਫੀ ਦੇ ਖਾਤੇ ਜੁੜ ਚੁੱਕਿਆ ਹੈ। ਮੁੰਡੇ ਕੌਡੀ ਖੇਡਣ ਬਈ, ਖੇਡਣ ਵਿੱਚ ਖਾੜਿਆਂ ਆ ਕੇ ਚਿਹਰੇ ਦਗਦੇ ਸ਼ੇਰਿਆਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ, ਦੁਨੀਆਂ ਪਹੁੰਚੀ ਜਾਂਦੀ ਹੈ ਦੂਰੋਂ ਨੇੜਿਓ ਹੁਮ ਹਮਾ ਕੇ, ਸਿੰਘ ਫਸ ਗਏ ਕੁੰਡੀਆਂ ਦੇ, ਤੂੰ ਮਿੱਤਰਾ ਬਹਿ ਜਾ ਗੋਡੀ, ਤੂੰ ਸੱਜਣਾ ਬਹਿ ਜਾ ਗੋਡੀ ਲਾ ਕੇ। ਲਓ ਭੱਜੇ ਦਾ ਗਿੱਟਾ ਪੱਟਣ ਵਾਲੀ ਗੱਲ ਕੀਤੀ ਇਸ ਨੌਜਵਾਨ ਨੇ, ਤੇ ਪੁਆਇੰਟ ਜਾਫੀ ਦੇ ਖਾਤੇ ਜੁੜ ਚੁੱਕਿਆ ਹੈ। ਸ਼ੀਲਾ ਨੌਜਵਾਨ ਇੱਕ ਅੰਕ ਦਾ ਵਾਧਾ ਮੈਰੀਪੁਰ ਦੀ ਟੀਮ ਦੇ ਲਈ ਕਰ ਚੁੱਕਿਆ ਹੈ। ਲਓ ਸਾਹਮਣੇ ਪਾਸੇ ਫਿਰ ਕਬੱਡੀ ਇਸ ਨੌਜਵਾਨ ਨੇ ਪਾ ਦਿੱਤੀ ਹੈ। ਇਸ ਮੈਚ ਤੋਂ ਬਾਅਦ ਸੇਖੂਵਾਲ ਮੋਗਾ ਤੇ ਫਤਿਹਗੜ੍ਹ ਇਹ ਟੀਮਾਂ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਪੁੱਜੋ। ਬਿੱਲੀ ਭੁੱਲਰ ਤੇ ਬਨਵਾਨੀ ਪੁੱਲ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜੋ। ਚੱਕ ਦੇਸਰਾਜ ਅਕਾਲਸਰ ਮੋਗਾ, ਪਰ ਸਮਾਂ ਢੇਰੀਆਂ ਦੇ ਕੋਲ, ਮੁਕਾਬਲਾ ਮੇਰੇ ਵੀਰੋ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ। ਦਵਿੰਦਰ ਬਹੁਤ ਵਧੀਆ ਬੁਲਾਰਾ ਹੈ, ਉਹ ਵੀ ਮੇਰੇ ਵੀਰੋ ਸਾਥ ਦੇ ਰਿਹਾ ਗਰਾਊਂਡ ਦੇ ਵਿੱਚ। ਉਸ ਵੀਰ ਨੂੰ ਬੇਨਤੀ ਹੈ ਕਿ ਨੈਕਸਟ ਮੈਚ ਦੇ ਵਾਸਤੇ ਕਮੈਂਟਰੀ ਵਾਸਤੇ ਗਰਾਊਂਡ ਦੇ ਵਿੱਚ ਪੁੱਜੇ। ਲਓ ਸਾਹਮਣੇ ਪਾਸੇ ਪਈ ਹੋਈ ਕਬੱਡੀ ਇਸ ਨੌਜਵਾਨ ਦੀ, ਚਾਰ ਜਾਫੀ ਤਿਆਰ ਬਰ ਤਿਆਰ ਨੇ। ਕਿਹੜਾ ਨੌਜਵਾਨ ਵੱਧ ਕੇ ਡੱਕੂ? ਇੱਕ ਨੰਬਰ ਤੋਂ ਲਾਲ ਨਿੱਕਰ ਵਾਲੇ ਨੇ ਯਤਨ ਕੀਤਾ, ਪਰ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਰੇਡਰ ਦੇ ਲਈ ਭਾਜ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਜਾਫੀ ਉਹੀ ਉਹ ਮੰਨਿਆ ਜਾਂਦਾ ਜਿਹੜਾ ਉੜਦੇ ਹੋਏ ਰੇਡਰਾਂ ਨੂੰ ਡੱਕੇ, ਜਿਹੜਾ ਉੜਦੇ ਹੋਏ ਰੇਡਰਾਂ ਨੂੰ ਡੱਕੇ। ਚਾਰ ਜਾਫੀ ਪੂਰੀ ਤਿਆਰੀ ਦੇ ਵਿੱਚ ਨੇ ਕੰਗ ਸਾਹਿਬ ਰਾਏ ਦੀ ਧਰਤੀ ਦੇ, ਤੇ ਮੈਰੀਪੁਰੀਆ ਰਵੀ ਹਲਕਾ ਟੱਚ ਕਰਕੇ ਸੰਘਰਸ਼ ਕਰਕੇ ਆਪਣੀ ਟੀਮ ਦੇ ਲਈ ਵਾਧਾ ਕਰ ਚੁੱਕਿਆ ਹੈ। ਰੰਗਲੇ ਪੰਜਾਬ ਦੀ ਮਿੱਤਰੋ, ਕੀ ਤੁਹਾਨੂੰ ਸਿਫਤ ਸੁਣਾਵਾਂ, ਬਿਲਕੁਲ ਪੁੱਤਾਂ ਨੂੰ ਜਿੱਥੇ ਮਾਵਾਂ, ਜਿਹੜੇ ਰੱਜ ਕੇ ਨਸ਼ਾ ਨੇ ਕਰਦੇ ਪੀਪੀ ਸਮੈਕਾਂ ਦੇਖੇ ਮਰਦੇ, ਚਿੱਟਾ ਜਾਂਦੇ ਚੱਕੀ ਆ, ਅੱਜ ਪੰਜਾਬ ਦੀ ਹਾਲਤ ਨਾ ਮਿੱਤਰੋ ਜਾਂਦੀ ਤੱਕੀ ਆ। ਗੱਭਰੂ ਕਰਮ ਧਰਮ ਨੂੰ ਭੁੱਲੇ, ਲੁੱਟਦੇ ਨਿੱਤ ਦਿਹਾੜੇ ਬੁੱਲੇ, ਡੌਲੇ ਉੱਤੇ ਖੰਡਾ ਖੰਡਵਾਇਆ, ਰੁਗ ਤਮਾਕੂ ਬੁੱਲਾਂ ਵਿੱਚ ਲਾਇਆ, ਕੋਈ ਸ਼ਰਮ ਨਾ ਰੱਖੀ ਆ, ਅੱਜ ਪੰਜਾਬ ਦੀ ਮਿੱਤਰੋ ਹਾਲਤ ਜਾਂਦੀ ਨਾ ਤੱਕੀ ਆ। ਪੁਆਇੰਟ ਇਸ ਵਕਤ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਕੁੜੀਆਂ ਪਹਿਰਾਵੇ ਨੂੰ ਨੇ ਭੁੱਲੀਆਂ, ਨੱਡੀਆਂ ਜੀਨਾਂ ਉੱਤੇ ਡੁੱਲੀਆਂ, ਘਮਾਉਂਦੀਆਂ ਸੜਕਾਂ ਉੱਤੇ ਹਾਂਡੇ, ਮੇਤੋਂ ਹਾਲ ਦੱਸੇ ਨਹੀਂ ਜਾਂਦੇ, ਕਿਵੇਂ ਬੈਗੀ ਭੱਠੀ ਆ, ਅੱਜ ਪੰਜਾਬ ਦੀ ਮਿੱਤਰੋ ਹਾਲਤ ਜਾਂਦੀ ਨਾ ਤੱਕੀ ਆ। ਰਵੀ ਨੇ ਫਿਰ ਧਾਵਾ ਬੋਲ ਦਿੱਤਾ, ਤੇ ਦੂਜੇ ਪਾਸੇ ਨੌਜਵਾਨ ਕੰਗ ਸਾਹਿਬ ਰਾਏ ਦੀ ਧਰਤੀ ਦਾ ਜਾਫੀ ਜੱਫਾ ਨਹੀਂ ਲਾ ਸਕਿਆ, ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਫਤਿਹਗੜ੍ਹ ਸਲਾਣਾ ਤੇ ਸੇਖੂਵਾਲ ਮੋਗੇ ਦੀ ਟੀਮ, ਮੋਗੇ ਦੀ ਟੀਮ ਸੇਖੂਵਾਲ ਤੇ ਫਤਿਹਗੜ੍ਹ ਸਰਮਾਲਾ, ਇਹ ਟੀਮਾਂ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਓ, ਅਗਲਾ ਮੈਚ ਖੇਡਿਆ ਜਾਵੇਗਾ। ਬਿੱਲੀ ਭੁੱਲਰ ਤੇ ਬਗਵਾਲੀਪੁਰ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜੋ।
ਦਵਿੰਦਰ ਸੀਚੇ ਵਾਲੀ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਅਗਲੇ ਮੈਚ ਦੇ ਵਾਸਤੇ ਪੁੱਜਣਗੇ। ਲੋ ਪੁਆਇੰਟ ਇਸ ਵਕਤ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਚੱਲ ਵੀ ਨੌਜਵਾਨਾਂ ਪਾਗਲੀ ਕਬੱਡੀ, ਗੋਰਾ ਕਿਸ਼ੋਰ ਰੰਗ ਹੈ, ਚੜ੍ਹਦੀ ਜਵਾਨੀ ਹੈ, ਕਬੱਡੀ ਪਾਉਣ ਦੇ ਲਈ ਮਹਿਰੀਪੁਰੀਆ ਖਿਡਾਰੀ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ। ਚਾਰ ਜਾਫੀਆਂ ਵਿੱਚੋਂ ਕਿਹੜਾ ਨੌਜਵਾਨ ਵੱਧ ਕੇ ਇਸ ਨੌਜਵਾਨ ਦੇ ਨਾਲ ਟੱਕਰ ਲਊ ਮੇਰੇ ਵੀਰਿਓ, ਕਿ ਖਾ ਕੇ ਖੁਰਾਕਾਂ ਚੁੰਗ ਮੱਝਾਂ ਬੂੜੀਆਂ ਸ਼ੇਰਨੀਆਂ ਮਾਵਾਂ ਦੇ ਸਿਰ ਬਲਵਾਨ ਦੇਖੋ, ਕੋਈ ਖੰਡਵਾਈ ਫਿਰੇ ਡੌਲੇ ਉੱਤੇ ਖੰਡਾ। ਲੋ ਪੁਆਇੰਟ ਇਸ ਵਕਤ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਉੱਚਾ ਲੰਮਾ ਗੱਭਰੂ ਜਿਹਦੀ ਉੱਚੀ ਲੰਮੀ ਹੇਤ, ਲੈ ਸਾਂਭੀ ਭਾਬੋ ਪੂਣੀਆਂ ਮੈਨੂੰ ਮੁੰਡਾ ਲੈਣ ਦੇ ਦੇਖ, ਹਲਕਾ ਟੱਚ ਕੀਤਾ ਤੇ ਪੁਆਇੰਟ ਰੇਡਰ ਦੇ ਖਾਤੇ ਜੁੜ ਚੁੱਕਿਆ ਹੈ। ਕੰਗ ਸਾਹਿਬ ਰਾਏ ਦੀ ਟੀਮ ਦੇ ਲਈ ਕੰਕ ਦਾ ਹੋਰ ਵਾਧਾ ਚੁੱਕਿਆ ਹੈ। ਮੈਰੀਪੁਰ ਦੀ ਤਰਫੋਂ ਫਿਰ ਇਸ ਨੌਜਵਾਨ ਨੇ ਧਾਵਾ ਬੋਲ ਦਿੱਤਾ ਹੈ ਕਿ ਕੱਪੜੇ ਲਾ ਕੇ ਵਿੱਚ ਮੈਦਾਨੇ ਗੱਭਰੂ ਛੂਕਦੇ ਹੀ ਆਉਂਦੇ, ਚਮਕਦੇ ਪਿੰਡਿਆਂ ਉੱਤੇ ਯਾਰੋ ਗੀਤ ਮਸੱਲੇ ਗਾਉਂਦੇ, ਖਿਡਾਰੀ ਵਿੱਚ ਮੈਦਾਨਾਂ ਦੇ ਪੂਰਾ ਹੁਨਰ ਵਿਖਾਉਂਦੇ ਨੇ। ਉਹ ਕਈ ਰੇਡਾਂ ਪਾਉਂਦੇ ਨੇ ਤੇ ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਤੇ ਕਈ ਜੱਫੇ ਲਾਉਂਦੇ ਨੇ। ਸੇਖੂਵਾਲ ਮੋਗੇ ਦੀ ਟੀਮ ਨੂੰ ਬੇਨਤੀ ਹੈ ਗਰਾਊਂਡ ਦੇ ਵਿੱਚ ਪੁੱਜੇ। ਫਤਿਹਗੜ੍ਹ ਸਲਾਣਾ ਇਹ ਟੀਮਾਂ ਨੂੰ ਬੇਨਤੀ ਹੈ ਭਾਜੀ, ਅਗਲਾ ਨੈਕਸਟ ਮੈਚ ਹੈ ਫਤਿਹਗੜ੍ਹ ਸਲਾਣਾ ਸੇਖੂਵਾਲ ਮੋਗੇ ਦੀ ਟੀਮ ਦਾ ਨੈਕਸਟ ਮੈਚ ਹੈ ਭਾਜੀ। ਮੈਚ ਚ ਸਮਾਪਤ ਹੋ ਚੁੱਕਿਆ ਤੇ ਫਤਿਹਗੜ੍ਹ ਸਲਾਣਾ ਤੇ ਸੇਖੂਵਾਲ ਮੋਗੇ ਦੀ ਟੀਮ ਦਾ ਨੈਕਸਟ ਮੈਚ ਹੈ। ਬਿੱਲੀ ਭੁੱਲਰ ਤੇ ਬਗਵਾਲੀਪੁਰ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ। ਚੱਕ ਦੇ ਸਰਾਜ ਅਕਾਲ ਸਰ ਮੋਗਾ, ਭਾਈ ਇਹ ਟੀਮ ਦੱਸ ਸਾਨੂੰ ਕਿਹੜੀ। ਕੰਗ ਸਾਹਿਬ ਰਾਏ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ, ਕੰਗ ਸਾਹਿਬ ਰਾਏ ਦੀ ਟੀਮ ਇਸ ਮੈਚ ਦੇ ਵਿੱਚੋਂ ਵਿਨ ਕਰ ਚੁੱਕੀ ਹੈ। ਫਤਿਹਗੜ੍ਹ ਸਲਾਣਾ ਤੇ ਸੇਖੂਵਾਲ ਮੋਗੇ ਦੀ ਟੀਮ, ਬਿੱਲੀ ਭੁੱਲਰ ਤੇ ਬਗਵਾਲੀਪੁਰ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ। ਹੈਲੋ, ਨਸ਼ਿਆਂ ਤੋਂ ਪਰਹੇਜ਼ ਕਰ ਲਿਓ, ਇਹੀ ਵਜ੍ਹਾ ਤਬਾਹੀ ਦੀ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀਦੀ। ਲਾ ਖੇਡ ਮੈਦਾਨ ਵਿੱਚ ਕਬੱਡੀ ਆਲ ਓਪਨ ਦੇ ਬਹੁਤ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ। ਹੁਣ ਮੁਕਾਬਲਾ ਫਤਿਹਗੜ੍ਹ ਸਲਾਣਾ ਤੇ ਸ਼ਾਖੂ ਵਾਲ ਮੋਗਾ ਦੀਆਂ ਟੀਮਾਂ ਦੇ ਦਰਮਿਆਨ ਹੈ। ਇਸ ਮੁਕਾਬਲੇ ਤੋਂ ਬਾਅਦ ਬਿੱਲੀ ਭੁੱਲਰ ਤੇ ਬਰਵਾਲੀਪੁਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਇਹ ਟੀਮਾਂ ਜਿਹੜੀਆਂ ਤਿਆਰ ਹੋ ਕੇ ਖੇਡ ਮੈਦਾਨ ਦੇ ਨੇੜੇ ਆ ਜਾਣ। ਉਸ ਤੋਂ ਬਾਅਦ ਚੱਕ ਦੇ ਸਰਾਜ ਤੇ ਕਾਲ ਸਰ ਮੋਗਾ, ਲੋ ਖੇਡ ਮੈਦਾਨ ਵਿੱਚ ਸਾਖੂਵਾਲ ਮੋਗਾ ਦੀ ਟੀਮ ਮੇਰੇ ਤੋਂ ਸੱਜੇ ਹੱਥ ਖੇਡੇਗੀ, ਖੱਬੇ ਹੱਥ ਟੀਮ ਜਿਹੜੀ ਖੇਡੇਗੀ ਖੇਡ ਮੈਦਾਨ ਦੇ ਵਿੱਚ। ਫਤਿਹਗੜ੍ਹ ਸਲਾਣਾ ਦੀ ਟੀਮ ਮੇਰੇ ਤੋਂ ਖੱਬੇ ਹੱਥ ਖੇਡੇਗੀ ਮੈਦਾਨ ਦੇ ਅੰਦਰ। ਬਹੁਤ ਤਕੜੇ ਮੁਕਾਬਲੇ ਦੀ ਸ਼ੁਰੂਆਤ ਕਰਾਂਗੇ ਮੈਦਾਨ ਦੇ ਵਿੱਚ, ਨਾਲ ਹੀ ਬਿੱਲੀ ਭੁੱਲਰ ਤੇ ਬਰਵਾਲੀਪੁਰ ਦੀਆਂ ਟੀਮਾਂ ਚੱਲਦੇ ਮੈਚ ਵਿੱਚ ਮੈਦਾਨ ਦੇ ਵਿੱਚ ਰਿਪੋਰਟ ਕਰਨਗੀਆਂ। ਲੈ ਪਹਿਲੀ ਕਬੱਡੀ ਤੱਕੀਏ ਮੈਦਾਨ ਦੇ ਵਿੱਚ ਇਸ ਸਮੇਂ ਪੈਂਦੀ ਹੋਈ। ਲੈ ਇੱਧਰ ਦੇ ਪਾਸੇ ਗੁਰਦਾਸ ਦੀ ਕਬੱਡੀ ਪੈ ਚੁੱਕੀ ਖੇਡ ਦੇ ਮੈਦਾਨ ਦੇ ਅੰਦਰ। ਲੈ ਪਈ ਹੋਈ ਕਬੱਡੀ ਦੇ ਉੱਤੇ ਚਾਰ ਜਾਫੀ ਨੇ ਕਿ ਜ਼ੋਰ ਦੀ ਨਹੀਂ ਕਬੱਡੀ ਖੇਡ ਤਕਨੀਕ ਦੀ, ਜਦ ਰੇਡਰ ਨੂੰ ਜਾਫੀ ਢਾ ਜਾਵੇ ਦੁਨੀਆ ਖੜ ਖੜ ਦੇਖਦੀ। ਗੂੰਜ ਪੈਂਦੇ ਨੇ ਬਨੇਰੇ, ਨਾਲੇ ਵੱਜਦੀਆਂ ਤਾੜੀਆਂ, ਲੰਘਿਆਂ ਨੇ ਰਣ ਸਦਾ ਛਾ ਜਾਂਦੇ ਜਿਹਨਾਂ ਮਿਹਨਤਾਂ ਨੇ ਮਾਰੀਆਂ। ਲੈ ਖੇਡ ਮੈਦਾਨ ਵਿੱਚ ਪਹਿਲੀ ਕਬੱਡੀ ਤੇ ਪਹਿਲਾ ਨੰਬਰ ਇਸ ਸਮੇਂ ਗੁਰਦਾਸ ਜੋੜਦਾ ਹੋਇਆ ਆਪਣੀ ਟੀਮ ਦੇ ਲਈ। ਇੱਧਰ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਤਿਆਰ ਬਰ ਤਿਆਰ ਲੋ ਖੇਡ ਮੈਦਾਨ ਵਿੱਚ। ਉੱਧਰ ਜਾਫੀ ਚਾਰ ਲੋ ਖੇਡ ਮੈਦਾਨ ਦੇ ਅੰਦਰ ਤਿਆਰ ਬਰ ਤਿਆਰ ਨੇ ਫਤਿਹਗੜ੍ਹ ਸਲਾਣਾ ਦੀ ਟੀਮ ਦੇ। ਲੋ ਚਾਰ ਜਾਫੀ ਤਿਆਰ ਬਰ ਤਿਆਰ ਨੇ, ਕੌਣ ਗੁੱਡ ਫੜੇਗਾ, ਕੌਣ ਲੱਤੀ ਲੱਗੇਗਾ, ਕੌਣ ਬੂਰੇ ਹੋ ਕਰਾਟਮ ਆਪਣੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਧਾ ਕਰੇਗਾ। ਲੋ ਨੌਜਵਾਨ ਨੰਬਰ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਅਗਲੇ ਮੁਕਾਬਲੇ ਦੀਆਂ ਟੀਮਾਂ ਨੂੰ ਬੇਨਤੀ ਹੈ ਬਿੱਲੀ ਭੁੱਲਰ ਵਰਸਜ ਬਰਵਾਲੀਪੁਰ ਦੀਆਂ ਟੀਮਾਂ, ਕਿਉਂਕਿ ਸਿੱਧੇ 10 ਨੰਬਰ ਦਿੱਤੇ ਜਾ ਰਹੇ ਨੇ। ਔਰ ਟੀਮਾਂ ਨੂੰ ਬੇਨਤੀ ਹੈ ਦੇਰੀ ਨਾ ਕਰਨ ਔਰ ਸਮੇਂ ਸਿਰ ਖੇਡ ਮੈਦਾਨ ਦੇ ਵੱਲ ਆ ਜਾਣ। ਇੱਧਰ ਪੈਂਦੀ ਹੋਈ ਕਬੱਡੀ ਖੇਡ ਦੇ ਮੈਦਾਨ ਵਿੱਚ, ਇਸ ਸਮੇਂ ਬਿੱਲੇ ਨੌਜਵਾਨ ਦੀ ਲਵਲ ਕੇ ਬੋਲਿਆ ਹੋਇਆ ਧਾਵਾ, ਕੌਣ ਡੱਕੇਗਾ ਇਹ ਤਾਂ ਸਮਾਂ ਦੱਸੇਗਾ। ਚੱਲਦੀਆਂ ਹੋਈਆਂ ਬਾਹਾਂ
ਮਰਸੀ ਕਾਰ ਦਾ ਬਿਹਤਰ ਵਾਂਗੜਾ ਪਰ ਨੌਜਵਾਨ ਬਿੱਲਾ ਬਹੁਤ ਵਧੀਆ ਅੰਕ ਜੋੜਦਾ ਆ ਆਪਣੀ ਟੀਮ ਦੇ ਲਈ ਨਾਲ ਹੀ ਬੇਨਤੀ ਬਿੱਲੀ ਬੁੱਲਰ ਤੇ ਬਰਵਾਲੀਪੁਰ ਔਰ ਚੱਕ ਦੇਸਰਾਜ ਤੇ ਅਕਾਲਸਰ ਮੋਗਾ ਦੀਆਂ ਟੀਮਾਂ ਖੇਡ ਦੇ ਮੈਦਾਨ ਦੇ ਵੱਲ ਆ ਜਾਣ ਲਾਜਰ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਦੇ ਅੰਦਰ ਲੈ ਚਾਰ ਜਾਫੀਆਂ ਤੇ ਬੋਲਿਆ ਤਾਵਾ ਚਾਰ ਜਾਫੀ ਜਿਹੜੇ ਇਸ ਵੇਲੇ ਪਿੱਛੇ ਨੂੰ ਹਟਦੇ ਜਾ ਰਹੇ ਨੇ ਔਰ ਪਈ ਹੋਈ ਕਬੱਡੀ ਦੇ ਉੱਤੇ ਗੁੱਟ ਫੜਿਆ ਹੋਇਆ ਕਿ ਚੂੜੀਆਂ ਚੜਾਉਂਦਾ ਬੇਈਮਾਨ ਹੋ ਗਿਆ ਮੇਰਾ ਹੱਥ ਨਾ ਛੱਡੇ ਵਣਜਾਰਾ ਤੇ ਪੁਆਇੰਟ ਜਿਹੜਾ ਇਸ ਵੇਲੇ ਨੌਜਵਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਅੰਦਰ ਲੈ ਸਾਖੂਵਾਲ ਮੋਗਾ ਦੀ ਟੀਮ ਦੇ ਵੱਲੋਂ ਫਿਰ ਖੇਡ ਮੈਦਾਨ ਦੇ ਅੰਦਰ ਗੁਰਦਾਸ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੈ ਪੈਂਦੀ ਹੋਈ ਖੇਡ ਮੈਦਾਨ ਦੇ ਅੰਦਰ ਕਬੱਡੀ ਕਿ ਲੈ ਕੇ ਕਰਜ਼ੇ ਉੱਤੇ ਬੋਲਟ ਸਾਰਾ ਦਿਨ ਚਮਕਾਈ ਜਾਂਦੇ ਜਾ ਕੇ ਜਿਮ ਦੇ ਵਿੱਚ ਸਹੇਲੀਆਂ ਨੂੰ ਫੂਨ ਘੁਮਾਈ ਜਾਂਦੇ ਖਾ ਕੇ ਮਹਿੰਗੇ ਜੇ ਵੱਡੀਣ ਢਿੱਡ ਜੇ ਵਧਾਈ ਜਾਂਦੇ ਲੈ ਕੇ ਮਹਿੰਗੇ ਰੰਗ ਦੀ ਨੀਕਰ ਤੌਰ ਲੋਕਾਂ ਵਿੱਚ ਬਣਾਈ ਜਾਂਦੇ ਖੇਤਾਂ ਦੇ ਵਿੱਚ ਕੰਮ ਕਰਨ ਬਈਏ ਇਹ ਰੱਖਦੇ ਸ਼ੌਂਕ ਸਰਦਾਰੀ ਦੇ ਲੰਘੇ ਆਣੀ ਵਾਲਿਆਂ ਦਰ ਫਿੱਟੇ ਮੂੰਹ ਇਹੋ ਜਿਹੇ ਖਿਡਾਰੀ ਦੇ ਲੰਘੇ ਆਣੀ ਵਾਲਿਆਂ ਦਰ ਫਿੱਟੇ ਮੂੰਹ ਇਹੋ ਜਿਹੇ ਖਿਡਾਰੀ ਦੇ ਲੱਗਦੇ ਪੁਆਇੰਟ ਜਿਹੜਾ ਇਸ ਵੇਲੇ ਖੇਡ ਦੇ ਮੈਦਾਨ ਦੇ ਅੰਦਰ ਫਤਿਹਗੜ੍ਹ ਸਲਾਣਾ ਦੀ ਟੀਮ ਦੇ ਲਈ ਜੁੜਦਾ ਹੋਇਆ ਵੀ ਬਿੱਲੀ ਭੁੱਲਰ ਦੀ ਟੀਮ ਪੁੱਜ ਗਈ ਹੈ ਤੇ ਬਰਵਾਲੀਪੁਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਟੀਮ ਖੇਡ ਮੈਦਾਨ ਵਿੱਚ ਪੁੱਜ ਜਾਵੇ ਬਿੱਲੀ ਭੁੱਲਰ ਦੀ ਟੀਮ ਪੁੱਜ ਗਈ ਤੇ ਬਰਵਾਲੀਪੁਰ ਦੀ ਟੀਮ ਖੇਡ ਮੈਦਾਨ ਵਿੱਚ ਆ ਜਾਵੇ ਲੈ ਇਧਰਲੇ ਪਾਸੇ ਸ਼ਾਮ ਜੀ ਚਿੱਟੀ ਇਸ਼ਾਰਾ ਕਰਦੇ ਵੀ ਪੁਆਇੰਟ ਜਿਹੜਾ ਇਸ ਸਮੇਂ ਖੇਡ ਦੇ ਮੈਦਾਨ ਵਿੱਚ ਫਤਿਹਗੜ੍ਹ ਸਲਾਣਾ ਦੀ ਟੀਮ ਦੇ ਲਈ ਜੁੜਦਾ ਹੋਇਆ ਲੈ ਇਧਰ ਖੇਡ ਮੈਦਾਨ ਚ ਫਿਰ ਪੈਂਦੀ ਹੋਈ ਕਬੱਡੀ ਲੈ ਇਧਰ ਖੇਡ ਮੈਦਾਨ ਵਿੱਚ ਪਈ ਹੋਈ ਕਬੱਡੀ ਬਿੱਲੇ ਨੌਜਵਾਨ ਦੀ ਤੇ ਚਾਰ ਜਾਫੀ ਹੁਣ ਤਿਆਰ ਬਰ ਤਿਆਰ ਨੇ ਲੈ ਇਧਰਲੇ ਪਾਸੇ ਵੱਧ ਕੇ ਹਲਕਾ ਜਿਹਾ ਚੁੱਕਿਆ ਹੋਇਆ ਖੇਡ ਮੈਦਾਨ ਵਿੱਚ ਨੌਜਵਾਨ ਔਰ ਦੂਸਰੇ ਪਾਸੇ ਬਿਹਤਰੀਨ ਜਾਫੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਇਸ ਸਮੇਂ ਮੈਦਾਨ ਦੇ ਅੰਦਰ ਫਤਿਹਗੜ੍ਹ ਸਲਾਣਾ ਦੀ ਟੀਮ ਦੇ ਲਈ ਜੁੜਦਾ ਹੋਇਆ ਵੀ ਬਰਵਾਲੀਪੁਰ ਦੀ ਟੀਮ ਨੂੰ ਬੇਨਤੀ ਹੈ ਲਾਸਟ ਬੇਨਤੀ ਬਰਵਾਲੀਪੁਰ ਦੀ ਟੀਮ ਨੂੰ ਵੀ ਟੀਮ ਜਿਹੜੀ ਖੇਡ ਦੇ ਮੈਦਾਨ ਵੱਲ ਆ ਜਾਵੇ ਚੱਕ ਦੇਸਰਾਜ ਤੇ ਕਾਲਸਰ ਮੋਗਾ ਦੀਆਂ ਟੀਮਾਂ ਵੀ ਖੇਡ ਦੇ ਮੈਦਾਨ ਵਿੱਚ ਰਿਪੋਰਟ ਕਰਨ ਇਧਰ ਪੈਂਦੀ ਹੋਈ ਕਬੱਡੀ ਦੇ ਉੱਤੇ ਲੈ ਚਾਰ ਖਿਡਾਰੀ ਤਿਆਰ ਵਰ ਤਿਆਰ ਨੇ ਔਰ ਮੈਦਾਨ ਵਿੱਚ ਨੰਬਰ ਜਿਹੜਾ ਇਸ ਸਮੇਂ ਫਤਿਹਗੜ੍ਹ ਸਲਾਣਾ ਦੀ ਟੀਮ ਦੇ ਲਈ ਜੁੜਦਾ ਹੋਇਆ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਇਸ ਸਮੇਂ ਬਿੱਟੂ ਤਿਆਰ ਬਰ ਤਿਆਰ ਕਿ ਲਾਈ ਹੱਥਾਂ ਨੂੰ ਕਲੀ ਕਹਿੰਦਾ ਮੌਲਾ ਕਰੀ ਭਲੀ ਜਿੰਦਵਾਰੀਆਂ ਦੇ ਵਿਹੜੇ ਚੱਲੀ ਜਿੰਦ ਵਿਰੋਧੀਆਂ ਦੇ ਵਿਹੜੇ ਚੱਲੀ ਇਧਰ ਖੇਡ ਮੈਦਾਨ ਵਿੱਚ ਬਿੱਟੂ ਨੇ ਕਬੱਡੀ ਪਾ ਦਿੱਤੀ ਹੈ ਔਰ ਦੂਸਰੇ ਪਾਸੇ ਚਾਰ ਜਾਫੀਆਂ ਦੇ ਵਿੱਚ ਕੌਣ ਗੁੱਟ ਫੜੇਗਾ ਕੌਣ ਲੱਤੀ ਲੱਗੇਗਾ ਕੌਣ ਮੂਹਰੇ ਹੋ ਕਰਾਡਾ ਆਪਣੀ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਦਾ ਵਾਧਾ ਕਰੇਗਾ ਔਰ ਪੁਆਇੰਟ ਜਿਹੜਾ ਇਸ ਸਮੇਂ ਫਤਿਹਗੜ੍ਹ ਸਲਾਣਾ ਦੀ ਟੀਮ ਦੇ ਹਿੱਸੇ ਵਿੱਚ ਨੰਬਰ ਜੁੜਦਾ ਹੋਇਆ ਮੈਦਾਨ ਦੇ ਵਿੱਚ ਬਈ ਬਰਵਾਲੀਪੁਰ ਦੀ ਟੀਮ ਪੁੱਜੀ ਤੇ ਇਸ਼ਾਰਾ ਕਰ ਦਵੇ ਧੰਨਵਾਦ ਹੈ ਬਿੱਲੀ ਭੁੱਲਰ ਤੇ ਬਰਵਾਲੀਪੁਰ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ ਚੱਕ ਦੇਸਰਾਜ ਦਾ ਮੁਕਾਬਲਾ ਅਕਾਲਸਰ ਮੋਗਾ ਦੀ ਟੀਮ ਦੇ ਨਾਲ ਹੈ ਇਹ ਵੀ ਟੀਮਾਂ ਮੈਦਾਨ ਦੇ ਵੱਲ ਆ ਜਾਣ ਔਰ ਇੱਧਰ ਖੇਡ ਮੈਦਾਨ ਵਿੱਚ ਪਈ ਹੋਈ ਕਬੱਡੀ ਦੇ ਉੱਤੇ ਔਰ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਜਿਹੜਾ ਇਸ ਸਮੇਂ ਖੇਡ ਮੈਦਾਨ ਵੀ ਦੇਖਦਾ ਵੀ ਅਕਾਲਸਰ ਸੌਰੀ